ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਖੇਤੀਬਾੜੀ ਵਿਭਾਗ ਨੇ ਰੁੜਕਾ ਕਲਾ ਵਿਖੇ ਮੱਕੀ ਖੇਤ ਦਿਵਸ ਮਨਾਇਆ। ਰੁੜਕਾ ਕਲਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾ ਜ਼ਿਲ੍ਹਾ ਜਲੰਧਰ ਵਿਖੇ ਮੱਕੀ ਦੇ ਫਸਲ ਅਤੇ ਪਿੰਡ ਬੰਡਾਲਾ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਖੇਤ ਵਿੱਚ ਖੇਤ ਦਿਵਸ ਮਨਾਇਆ ਗਿਆ। ਇਸ ਖੇਤ ਦਿਵਸ ਮੌਕੇ ਪਿੰਡ ਬੰਡਾਲਾ ਦੇ ਮੱਕੀ ਬੀਜਣ ਵਾਲੇ ਕਿਸਾਨਾਂ ਸਮੇਤ 100 ਕਿਸਾਨਾਂ ਨੇ ਭਾਗ ਲਿਆ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਜਲੰਧਰ ਦੇ ਮਾਹਿਰਾਂ ਦੀ ਇੱਕ ਟੀਮ ਨੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਵੱਲੋਂ ਕਿਸਾਨਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਪਾਣੀ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਇਸ ਵਾਰ ਸਾਉਣੀ 2019 ਦੌਰਾਨ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਫਸਲ ਹੇਠ 760 ਹੈਕਟਰ ਰਕਬਾ ਲਿਆਂਦਾ ਗਿਆ ਹੈ, ਜਿਹੜਾ ਬਲਾਕ ਦੇ ਸੂਝਬੂਝ ਕਿਸਾਨਾਂ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ। ਉਹਨਾਂ ਨੇ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਆਪਣੇ ਖਾਦ ਅਤੇ ਦਵਾਈ ਦੇ ਬਿੱਲ ਦਫ਼ਤਰ ਵਿੱਚ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਸਕੇ। ਇਸ ਮੌਕੇ ਡਾਕਟਰ ਬਲਕਾਰ ਚੰਦ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਮੱਕੀ ਦੀ ਫਸਲ ਨੂੰ ਇਸ ਵੇਲੇ ਲੱਗਣ ਵਾਲੇ ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਤਕਨੀਕੀ ਗਿਆਨ ਦਿੱਤਾ ਗਿਆ। ਡਾਕਟਰ ਕਰਨ ਸਿੰਘ, ਖੇਤੀਬਾੜੀ ਅਫਸਰ ਵੱਲੋਂ ਬਾਸਮਤੀ ਦੇ ਕੀੜੇ ਅਤੇ ਬਿਮਾਰੀਆਂ ਸੰਬੰਧੀ ਕੀਟਨਾਸ਼ਕ ਜ਼ਹਿਰਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਦੇ ਨਾਲ ਨਾਲ ਹੋਰ ਢੰਗ ਦੇ ਤਰੀਕੇ ਵੀ ਦੱਸੇ। ਡਾਕਟਰ ਬਲਜਿੰਦਰ ਸਿੰਘ ਭੁੱਲਰ, ਖੇਤੀਬਾੜੀ ਅਫਸਰ ਵੱਲੋਂ ਮੱਕੀ ਦੇ ਸੁਚੱਜੇ ਮੰਡੀਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਮੰਡੀ ਵਿੱਚ ਆੜ੍ਹਤੀਆਂ ਨੂੰ ਦਿੱਤੇ ਜਾਣ ਵਾਲੇ ਖਰਚਿਆਂ ਸੰਬੰਧੀ ਅਤੇ ਮੱਕੀ ਵਿਚਲੀ ਨਮੀ ਨੂੰ ਬਰਕਰਾਰ ਰੱਖਣ ਦੇ ਢੰਗ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ। ਡਾਕਟਰ ਦਿਲਬਾਗ ਸਿੰਘ ਸੋਲ, ਖੇਤੀਬਾੜੀ ਅਫਸਰ ਜਲੰਧਰ ਵੱਲੋਂ ਆਉਂਦੇ ਸੀਜ਼ਨ ਵਿੱਚ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਢੰਗ ਤਰੀਕੇ ਦੱਸੇ ਗਏ। ਸਖਤਾਈ ਕਾਫ਼ੀ ਹੋਣੀ ਹੈ, ਇਸ ਲਈ ਹੁਣ ਤੋਂ ਹੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਦੇ ਯਤਨ ਆਰੰਭ ਕਰਨੇ ਸਹੀ ਰਹਿਣਗੇ। ਡਾਕਟਰ ਰਮਨਦੀਪ ਨੇ, DO ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਸੰਭਾਲ ਸੰਬੰਧੀ ਗਿਆਨ ਸਾਂਝਾ ਕੀਤਾ। ਇਸ ਮੌਕੇ ਪਿੰਡ ਦੇ ਅਗਾਂਹ ਵਾਧੂ ਕਿਸਾਨ ਸਰਦਾਰ ਸੁਖਦੇਵ ਸਿੰਘ ਦੇਬੀ, ਸਰਦਾਰ ਬਲਵਿੰਦਰ ਸਿੰਘ ਬਿੱਲੂ, ਸਰਬਜੀਤ ਕੌਰ ਜੋਤੀ ਸਮੇਤ ਹੋਰ ਵੀ ਬਹੁਤ ਸਾਰੇ ਕਿਸਾਨਾਂ ਨੇ ਭਾਗ ਲਿਆ ਅਤੇ ਅਖੀਰ ਵਿੱਚ ਪਿੰਡ ਬੰਡਾਲਾ ਦੇ ਸਰਪੰਚ ਸਰਦਾਰ ਸਰਬਜੀਤ ਸਿੰਘ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ। ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਤੋਂ। ਸਾਡੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਇੱਕ ਫਸਲੀ ਵਿਭਿੰਨਤਾ ਪ੍ਰੋਗਰਾਮ ਚੱਲ ਰਿਹਾ ਹੈ, ਜਿਹਦੇ ਤਹਿਤ ਅੱਜ ਕੱਲ੍ਹ ਸਾਰੇ ਬਲਾਕਾਂ ਦੇ ਵਿੱਚ ਅਸੀਂ ਮੱਕੀ ਖੇਤ ਦਿਵਸ ਮਨਾ ਰਹੇ ਹਾਂ, ਜਿਨ੍ਹਾਂ ਦੀ ਲੜੀ ਦੇ ਵਿੱਚੋਂ ਅੱਜ ਰੁੜਕਾ ਕਲਾਂ ਦੇ ਵਿੱਚ ਪਿੰਡ ਬੰਡਾਲਾ ਦੇ ਖੇਤਾਂ ਦੇ ਵਿੱਚ ਜਿੱਥੇ ਮੱਕੀ ਬਹੁਤ ਸਾਰੀ ਲੱਗੀ ਹੈ, ਕਲੱਸਟਰ ਪਲੋਟ ਲੱਗਿਆ ਹੋਇਆ, ਉੱਥੇ ਅਸੀਂ ਅੱਜ ਮੱਕੀ ਦਾ ਖੇਤ ਦਿਵਸ ਮਨਾਇਆ। ਮੱਕੀ ਬੀਜਣ ਵਾਲੇ ਬਹੁਤ ਸਾਰੇ ਕਿਸਾਨ ਵੀਰ ਜਿਨ੍ਹਾਂ ਨੇ ਬੀਜੀ ਹੈ ਅਤੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਨ ਬਣਾਉਣਾ, ਉਹ ਬਹੁਤ ਸਾਰੇ ਕਿਸਾਨ ਵੀਰ ਇੱਥੇ ਆਏ ਨੇ। ਜਲੰਧਰ ਤੋਂ ਸਾਡੇ ਐਕਸਪਰਟਸ ਦੀ ਟੀਮ ਆ ਜਿਹੜੀ ਉਹ ਆਈ ਆ, ਜਿਨ੍ਹਾਂ ਨੇ ਕਿਸਾਨ ਵੀਰਾਂ ਨੂੰ ਵੱਖ ਵੱਖ ਵਿਸ਼ਿਆਂ ਦੇ ਉੱਤੇ ਵਧੀਆ ਜਾਣਕਾਰੀ ਦਿੱਤੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਨੂੰ ਖੇਤਾਂ ਦੇ ਵਿੱਚ ਕਿਵੇਂ ਸਾਂਭਣਾ ਆ, ਮੱਕੀ ਦੇ ਉੱਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਉਹਨਾਂ ਦੀ ਰੋਕਥਾਮ ਕਰਨੀ ਹੈ। ਸੋ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਖੇਤ ਦਿਵਸ ਅਸੀਂ ਹੋਰ ਵੀ ਲਗਾਵਾਂਗੇ। ਇਹ ਹਰ ਬਲੋਕ ਦੇ ਵਿੱਚ ਦੋ ਦੋ ਲੱਗਣੇ ਨੇ ਇਹ। ਸੋ ਇਹਨਾਂ ਖੇਤ ਦਿਵਸ
ਜਿਹੜੇ ਅਸੀਂ ਫੀਲਡ ਦੇ ਵਿੱਚ ਮਨਾ ਰਹੇ ਹਾਂ ਇਹਨਾਂ ਦਾ ਕਿਸਾਨ ਵੀਰਾਂ ਨੂੰ ਕਾਫੀ ਲਾਭ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰ ਇਹਨਾਂ ਤੋਂ ਕਾਫੀ ਲਾਭ ਲੈ ਕੇ ਆਪਣਾ ਮਨ ਵੀ ਬਣਾਉਣਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਨੂੰ ਘਟਾ ਕੇ ਮੱਕੀ ਹੇਠ ਰੱਖ ਵੱਲ ਆਈਏ, ਕਿਉਂਕਿ ਸਾਡਾ ਵਾਤਾਵਰਨ ਕਾਫੀ ਪ੍ਰਦੂਸ਼ਿਤ ਹੋ ਰਿਹਾ, ਜਿਹਦੇ ਵਿੱਚ ਹਵਾ, ਪਾਣੀ ਅਤੇ ਮਿੱਟੀ ਆਉਂਦੇ ਆ ਵਾਤਾਵਰਨ ਦੇ ਵਿੱਚ। ਹਵਾ ਸਾਡੀ ਪਹਿਲਾਂ ਹੀ ਬਹੁਤ ਪਲੀਤ ਹੋ ਰਹੀ ਆ, ਪਰਾਲੀ ਨੂੰ ਅੱਗ ਕਿਸਾਨ ਵੀਰ ਲਾ ਰਹੇ ਆ, ਇਹਨਾਂ ਨੂੰ ਅਸੀਂ ਹੌਲੀ ਹੌਲੀ ਮੋਟੀਵੇਟ ਕਰ ਰਹੇ ਹਾਂ ਕਿ ਅਸੀਂ ਪਰਾਲੀ ਤੋਂ ਜਿਹੜਾ ਨੁਕਸਾਨ ਹੁੰਦਾ ਉਹਦੇ ਸੰਬੰਧੀ ਦੱਸ ਕੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਣੀ ਅਤੇ ਅਸੀਂ ਇਹਨੂੰ ਜ਼ਮੀਨ ਦੇ ਵਿੱਚ ਹੀ ਵਾਹੁਣਾ, ਜਿਹਦੇ ਵਿੱਚ ਖੁਰਾਕੀ ਤੱਤ ਕਾਫੀ ਜ਼ਿਆਦਾ ਹੁੰਦੇ ਆ ਅਤੇ ਜਿਹੜੇ ਸਾਡੀ ਆਉਣ ਵਾਲੀ ਫਸਲ ਨੂੰ ਮਿਲਦੇ ਆ, ਕਣਕ ਨੂੰ ਜਿਹਦਾ ਵੱਧ ਝਾੜ ਮਿਲਦਾ ਆ। ਸੋ ਇਹਦੇ ਨਾਲ ਹੀ ਅਸੀਂ ਪਾਣੀ ਦੀ ਬੱਚਤ ਸੰਬੰਧੀ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਕੈਂਪ ਆਯੋਜਿਤ ਕਰਦੇ ਰਹਾਂਗੇ ਜਿਨ੍ਹਾਂ ਦਾ ਕਿਸਾਨ ਵੀਰਾਂ ਨੂੰ ਬਹੁਤ ਫਾਇਦਾ ਹੋਵੇਗਾ।